ਜਿਵੇਂ ਕਿ ਆਪਾਂ ਦੇਖ ਪਾ ਰਹੇ ਹਾਂਗੇ ਇਹ ਬਹੁਤ ਸਾਰੀਆਂ ਐਨਕਾਂ ਜੋ ਕਿ ਜਿਨ੍ਹਾਂ ਦੀ ਨਿਗ੍ਹਾ ਇੱਥੇ ਆਣ ਕੇ ਠੀਕ ਹੋ ਜਾਂਦੀ ਹੈ ਉਹ ਆਪਣੀਆਂ ਐਨਕਾਂ ਬੈਲਟਾਂ ਅਤੇ ਵੀਲਚੇਅਰਾਂ ਜੋ ਕਿ ਇੱਥੇ ਛੱਡ ਜਾਂਦੇ ਨੇ। ਐਨਕਾਂ ਉਤਰਨ ਲੱਗ ਗਈਆਂ, ਦੋ ਤਿੰਨ ਅੰਨੀਆਂ ਸੀ ਕਈ ਕਈ ਸਾਲਾਂ ਦੀਆਂ ਸਰਸੇ ਦਵਾਈਆਂ ਉਹ ਠੀਕ ਹੋ ਗਈਆਂ, ਫਿਰ ਉਸ ਤੋਂ ਬਾਅਦ ਇੱਥੇ ਕੈਂਸਰ ਹਟਣ ਲੱਗ ਗਿਆ। ਪੀਜੀਆਈ ਨਰਸ ਤੋਂ ਵੀ ਉਤਰੀ ਵੀ ਉੱਥੋਂ। ਅੱਛਾ ਜੀ, ਇੱਥੇ ਕੋਈ ਵੀ ਆਇਆ ਇੱਥੇ ਬੈਲਟ ਤਾਂ ਸਾਰੇ ਉਤਰ ਜਾਂਦੇ, ਵੀਲ ਚੇਅਰਾਂ ਪਈਆਂ ਨੇ ਜੀ। ਹਾਂ ਹਾਂ, ਉਹ ਦੋ ਇੱਥੇ ਬੱਚੇ ਠੀਕ ਹੋ ਕੇ ਗਏ ਸੀ, ਇੱਕ 16 ਸਾਲ ਦਾ ਸੀ। ਅੱਛਾ ਜੀ, ਇੱਕ ਸੀਗਾ 18 ਸਾਲ ਦਾ, ਉਹ ਕੁੜੀ ਸੀਗੀ। ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਸਾਡੇ YouTube ਚੈਨਲ ਮਲਵਈ ਬਲੌਗ ਦੇ ਉੱਤੇ। ਅਤੇ ਅੱਜ ਆਪਾਂ ਪਹੁੰਚੇ ਹਾਂ ਕਰਹਾਲੀ ਸਾਹਿਬ। ਕਰਹਾਲੀ ਸਾਹਿਬ ਜੋ ਕਿ ਸ਼ਹਿਰ ਸਮਾਣਾ ਜ਼ਿਲ੍ਹਾ ਪਟਿਆਲੇ ਦੇ ਵਿੱਚ ਪੈਂਦਾ ਹੈ। ਅਤੇ ਇੱਕ ਸਾਈਡ ਆਪਾਂ ਦੇਖ ਸਕਦੇ ਹਾਂ ਕਿ ਕਰਹਾਲੀ ਸਾਹਿਬ ਪਿੰਡ, ਕਰਹਾਲੀ ਸਾਹਿਬ ਪਿੰਡ ਤੋਂ ਬਲਵੇੜੇ ਨੂੰ ਜਾਂਦੇ ਹੋਏ ਇਸ ਰੋਡ 'ਤੇ ਆਪਾਂ ਪਹੁੰਚਿਆ ਗੁੱਗਾ ਮਾੜੀ, ਜੋ ਕਿ ਪਿੱਛੇ ਤੁਸੀਂ ਦੇਖ ਪਾ ਰਹੇ ਹੋਗੇ। ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ ਪਿੱਛੇ ਬਾਬਾ ਪੀਰ ਦੀ ਸਮਾਧ ਅਤੇ ਨਾਲ ਹੀ ਮੰਦਰ ਬਣਿਆ ਹੋਇਆ ਹੈ। ਅਤੇ ਜੇਕਰ ਆਪਾਂ ਕੰਮ ਦੀ ਗੱਲ ਕਰੀਏ, ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਕੰਮਕਾਰ ਬਰੀਕੀ ਦੇ ਨਾਲ ਸਫਾਈ ਨਾਲ ਕੰਮ ਕੀਤਾ ਹੋਇਆ ਹੈ। ਹੁਣ ਆਪਾਂ ਅੰਦਰ ਚੱਲਾਂਗੇ, ਅੰਦਰ ਚੱਲ ਕੇ ਦਰਸ਼ਨ ਕਰਾਂਗੇ। ਅੰਦਰ ਜਾਂਦਿਆਂ ਸਾਰ ਇੱਕ ਪਾਸੇ ਆਪਾਂ ਦੇਖ ਸਕਦੇ ਹਾਂ ਲੰਗਰ ਹਾਲ, ਜੋ ਕਿ ਬਹੁਤ ਹੀ ਖੁੱਲ੍ਹੇ ਡੁੱਲੇ ਅਤੇ ਸਾਫ਼ ਸੁਥਰੇ ਤਰੀਕੇ ਦੇ ਨਾਲ ਬਣਾਇਆ ਹੋਇਆ ਹੈ। ਨਾਲ ਹੀ ਸੰਗਤਾਂ ਦੇ ਰਹਿਣ ਲਈ ਬਹੁਤ ਸੋਹਣਾ ਥਾਂ ਬਣਿਆ ਹੋਇਆ ਹੈ, ਜਿੱਥੇ ਸ਼ਰਧਾਲੂ ਰਹਿ ਕੇ ਰਾਤ ਵੀ ਕੱਟਦੇ ਹਨ ਅਤੇ ਰਹਿੰਦੇ ਹਨ। ਹੁਣ ਆਪਾਂ ਬਾਬਾ ਜੀ ਨਾਲ ਗੱਲਬਾਤ ਕਰਾਂਗੇ, ਪੁੱਛਾਂਗੇ ਇੱਥੋਂ ਦੇ ਇਤਿਹਾਸ ਬਾਰੇ ਅਤੇ ਇੱਥੋਂ ਦੇ ਮਰੀਜ਼ਾਂ ਬਾਰੇ, ਕੀ ਮਰੀਜ਼ ਠੀਕ ਹੋ ਕੇ ਗਏ ਹਨ, ਉਹਨਾਂ ਬਾਰੇ ਸਾਰੀ ਗੱਲਬਾਤ ਕਰਦੇ ਹਾਂ। ਚੱਲਦੇ ਹਾਂ ਬਾਬਾ ਜੀ ਦੀ ਕੁਟੀਆ ਦੇ ਅੰਦਰ ਅਤੇ ਪੁੱਛਦੇ ਹਾਂ ਬਾਬਾ ਜੀ ਤੋਂ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਬਾਬਾ ਜੀ, ਅੱਜ ਆਪਾਂ ਕਰਹਾਲੀ ਸਾਹਿਬ ਪਹੁੰਚੇ ਹਾਂ ਗੁੱਗੇ ਮਾੜੀ 'ਤੇ। ਅਤੇ ਕੀ ਬਾਬਾ ਜੀ ਇੱਥੋਂ ਦਾ ਇਤਿਹਾਸ ਹੈ ਜੀ? ਇਹ ਬੇਟੇ ਇੱਥੇ ਸਭ ਤੋਂ ਪੁਰਾਣੀ ਜਗ੍ਹਾ ਤਾਂ ਸੰਤਾਂ ਦੀ ਆ, ਬਾਬਾ ਹਰਸੈਣਗਿਰੀ ਦੀ। ਠੀਕ ਹੈ। ਉਸ ਤੋਂ ਬਾਅਦ ਬਣਾਇਆ ਸੀ ਇਹ ਮੰਦਰ ਗੁੱਗਾ ਮਾੜੀ ਦਾ ਪਿੰਡ ਦਿਆਂ ਨੇ ਲਿਆ ਕੇ। ਠੀਕ ਹੈ। ਅਤੇ ਫਿਰ ਪਹਿਲਾਂ ਇੱਥੇ ਭਗਤ ਦੂਆ ਹੁੰਦਾ ਸੀ, ਉਸ ਤੋਂ ਬਾਅਦ ਮੈਨੂੰ 15 ਸਾਲ ਹੋਏ ਆ ਇੱਥੇ ਲਿਆਉਂਦੇ ਨੂੰ, ਬਾਅਦ ਮੈਨੂੰ ਆਪ ਲਿਆਇਆ ਜਾ ਕੇ ਸੰਤ। ਠੀਕ ਹੈ ਜੀ। ਮੈਂ ਤਾਂ ਖੇਤੀ ਕਰਦਾ ਸੀ ਘਰੇ ਆਪਣੇ। ਠੀਕ ਹੈ ਜੀ। ਅਤੇ ਉਦੋਂ ਬਾਅਦ ਬਸ ਇੱਥੇ ਜਿਉਂ ਚਮਤਕਾਰ ਹੋਣ ਲੱਗੇ, ਮਤਲਬ ਨਿਗ੍ਹਾ ਬਣਨ ਲੱਗੇ ਸੀ ਸਭ ਤੋਂ ਪਹਿਲਾਂ ਸ਼ੁਰੂ 'ਚ। ਅੱਛਾ ਜੀ। ਐਨਕਾਂ ਉਤਰਨ ਲੱਗ ਗਈਆਂ, ਦੋ ਤਿੰਨ ਅੰਨੀਆਂ ਸੀ ਕਈ ਕਈ ਸਾਲਾਂ ਦੀਆਂ ਸਰਸੇ ਦਵਾਈਆਂ ਉਹ ਠੀਕ ਹੋ ਗਈਆਂ, ਫਿਰ ਉਸ ਤੋਂ ਬਾਅਦ ਇੱਥੇ ਕੈਂਸਰ ਹਟਣ ਲੱਗ ਗਿਆ, ਜੋ ਮੇਰੀ ਤਪੱਸਿਆ ਵਧੀ ਗਈ। ਠੀਕ ਹੈ ਜੀ। ਕੈਂਸਰ ਵੀ ਦਰਦ ਤਾਂ ਇੱਥੇ ਰਹਿੰਦੇ ਨਹੀਂ, ਦਰਦ ਤਾਂ ਇੱਥੇ ਮੱਥਾ ਟੇਕਣ ਸਾਰ ਹੀ ਕਾਸੇ ਤੋਂ ਦਰਦ ਹਟ ਜਾਂਦਾ ਉਹਦੀ। ਆਹ ਮੰਦਰ ਦੇ ਵਿੱਚ ਜਿੰਨਾ ਚਿਰ ਬੰਦਾ ਰਹਿੰਦਾ ਬਿਲਕੁਲ ਨਹੀਂ ਦਰਦ ਹੁੰਦਾ, ਉਦੋਂ ਬਾਅਦ ਤਿੰਨ ਚੌਂਕੀਆਂ ਲਾਓ ਕਿਤੇ ਦੁੱਖ ਤਕਲੀਫ ਨਹੀਂ ਰਹਿੰਦੀ ਕੋਈ ਵੀ। ਠੀਕ ਹੈ ਜੀ। ਅਤੇ ਆਇਣ ਕਾਲਾ ਤਾਂ ਇੱਥੇ 4 ਦਿਨ ਲਾਓ, 4 ਦਿਨ ਸਰਦਾ ਨਾ ਜਾਓ, ਜੇ ਦੂਰ ਵਾਲੇ ਨੂੰ ਆਉਣਾ 4 ਦਿਨ ਰਹਿਣਾ ਪੈਂਦਾ। ਠੀਕ ਹੈ ਜੀ। ਚੌਥੇ ਦਿਨ ਨਿਗ੍ਹਾ ਬਣ ਜਾਂਦੀ, ਭਾਵੇਂ ਕਿੰਨਾ ਮਰਜ਼ੀ ਵੱਡਾ ਲੰਬਰ ਹੈ ਉਹਦਾ ਉੱਤਰ ਜਾਂਦਾ। ਠੀਕ ਹੈ ਜੀ। ਕੋਈ ਇੱਥੇ ਮੰਗ ਨਹੀਂ, ਘੀ ਅਤੇ ਡੱਬਾ ਲੱਡੂਆਂ ਦਾ ਚੜ੍ਹਦਾ, 11 ਰੁਪਏ ਰੱਖਣੇ ਪੈਂਦੇ, ਮੇਰੇ ਨਾਲ ਬਾਗੜ ਜਾਣਾ ਪੈਂਦਾ ਬਸ ਚੱਲ ਅਤੇ ਮੱਥਾ ਟੇਕਣ, ਹੋਰ ਕੋਈ ਮੰਗ ਨਹੀਂ ਹੈਗੀ, ਇੱਥੇ ਕੁਛ ਨਹੀਂ ਲਿਆ ਜਾਂਦਾ ਕਿਸੇ ਤੋਂ, ਬਿਸਤਰ ਲੰਗਰ ਪਾਣੀ ਇੱਥੇ ਖੁੱਲ੍ਹਾ ਚੱਲਦਾ ਹੀ ਹੈ, ਰਹਿਣ ਨੂੰ ਜਗ੍ਹਾ ਸਹੂਲਤ ਸਾਰੀ ਹੈਗੀ। ਠੀਕ ਹੈ ਜੀ। ਅਤੇ ਸੰਤਾਂ ਦੀਆਂ ਬਸ ਜ਼ਿਆਦਾ ਹੁਣ ਤਪੱਸਿਆ ਵਧੀ ਜਾਂਦੀ ਹੈ ਇੱਥੇ, ਚਮਤਕਾਰ ਵਧੀ ਜਾਂਦਾ। ਕਰੋਨਾ 'ਚ ਵੀ ਇਹ ਮੰਦਰ ਖੁੱਲ੍ਹਾ ਰਿਹਾ ਆਪਣਾ। ਠੀਕ ਹੈ ਜੀ। ਹਾਂਜੀ, ਕਰੋਨਾ ਦੇ ਵਿੱਚ ਤੁਸੀਂ ਮਤਲਬ ਕਿ ਬਹੁਤ ਮਤਲਬ ਲੰਗਰ ਲੱਗੇ ਨੇ, ਭੰਡਾਰੇ ਲੱਗੇ ਨੇ? ਹਾਂ, ਸਾਲ ਭਰ। ਠੀਕ ਹੈ ਜੀ। ਉੱਥੇ ਵੀ ਬਹੁਤ ਗਿਆ ਲੰਗਰ ਆਪਣਾ ਦਿੱਲੀ, ਇੱਕ ਸਾਲ ਉੱਥੇ ਗਿਆ। ਕਰੋਨਾ ਦੇ ਟਾਈਮ ਦੇ ਵਿੱਚ ਇੱਥੇ ਵੀ ਮਰੀਜ਼ ਆਏ ਸੀਗੇ ਜੀ? ਮਰੀਜ਼ ਇੱਥੇ ਕੈਂਸਰ ਵਾਲੇ ਬਹੁਤ ਜ਼ਿਆਦਾ ਆਏ ਸੀ, ਇੱਥੇ ਨਾ ਮੇਰੇ ਕੋਲ ਤਾਂ ਵੱਧ ਗਏ ਸੀ। ਅੱਛਾ ਜੀ। ਕਰੋਨਾ ਵਾਲੇ ਆਪਣੇ ਤਾਂ ਇਹ ਸੇਵਾ ਕਰੀ ਹੈ ਕਰੋਨਾ 'ਚ, ਘੱਟੋ ਘੱਟ ਮੇਰੇ ਕੋਲ ਹਜ਼ਾਰਾਂ ਦੇ ਕਰੀਬ 'ਚ ਮਰੀਜ਼ ਹੁੰਦੇ ਸੀ। ਠੀਕ ਹੈ ਜੀ। ਇੱਕ ਅਸੀਂ ਬਾਹਰਲੇ ਪਾਸੇ ਦੇਖ ਰਹੇ ਸੀ ਜੀ, ਲੱਕ ਤੇ ਲੱਗੇ ਹੋਏ ਬੈਲਟ। ਹਾਂ, ਉਹ ਹੁਣ ਸਾਰੇ ਉੱਤਰ ਜਾਂਦੀ ਹੈ। ਠੀਕ ਹੈ ਜੀ। ਇੱਕ ਪੀਜੀਆਈ ਨਰਸ ਤੋਂ ਵੀ ਉਤਰੀ ਵੀ ਉੱਥੋਂ। ਅੱਛਾ ਜੀ। ਇੱਥੇ ਕੋਈ ਵੀ ਆਇਆ ਇੱਥੇ ਬੈਲਟ ਤਾਂ ਹੁਣ ਸਾਰੇ ਉੱਤਰ ਜਾਂਦੇ, ਵੀਲ ਚੇਅਰਾਂ ਪਈਆਂ ਨੇ ਜੀ। ਹਾਂ ਹਾਂ, ਉਹ ਦੋ ਇੱਥੇ ਬੱਚੇ ਠੀਕ ਹੋ ਕੇ ਗਏ ਸੀ, ਇੱਕ 16 ਸਾਲ ਦਾ ਸੀ। ਅੱਛਾ ਜੀ। ਇੱਕ ਸੀਗਾ 18 ਸਾਲ ਦਾ, ਉਹ ਕੁੜੀ ਸੀਗੀ। ਠੀਕ ਹੈ ਜੀ। ਉਹ ਤੁਰ ਤੇ ਇੱਥੇ ਛੱਡ ਗਏ ਸੀ। ਠੀਕ ਹੈ ਠੀਕ ਹੈ। ਲੋਟ ਤੁਰ ਕੇ ਗਏ ਹੱਥ। ਇਸ ਮਤਲਬ ਕਿ ਆਪਾਂ ਇਹ ਮੰਨ ਸਕਦੇ ਆ ਵੀ ਜੋ ਕਰਹਾਲੀ ਸਾਹਿਬ ਦੀ ਧਰਤੀ ਨੂੰ ਵਰਦਾਨ ਮਿਲਿਆ ਹੋਇਆ ਜੀ। ਹਾਂ, ਇਹ ਸੰਤਾਂ ਦੀ ਧਰਤੀ। ਠੀਕ ਹੈ। ਧਰਤੀ ਤੋਂ ਸ਼ੁਰੂ ਤੋਂ ਹੀ ਸੰਤਾਂ ਦੀ ਆਏ। ਠੀਕ ਹੈ ਜੀ। ਸ਼ੁਰੂ ਤੋਂ ਹੀ ਇਹ ਜਿਹੜੇ ਉੱਤੇ ਇੱਕ ਆਪਣੇ ਗੁਰਦੁਆਰਾ ਸਾਹਿਬ ਕੋਲੇ ਟੋਭਾ ਚਨਾਹਾ ਤੀਰਥ ਹੈ, ਚੰਡਾਹਾ। ਅੱਛਾ ਜੀ। ਚੰਡਾਹਾ ਤੀਰਥ ਆ ਉਹ ਪੁਰਾਣਾ ਹਰਿਦੁਆਰ ਦਾ ਦੂਜਾ ਤੀਰਥ ਹੈ ਇਹ।
ਇੱਥੋਂ ਦੀ ਜਮਨਾ ਚੱਲੇਗਿਰੀ ਦੀ ਬਾਬਾ ਜਮਨਾਗਿਰੀ ਦੀ ਸਮਾਧੀ ਆ ਉੱਥੇ ਇਹ ਬਾਬੇ ਜਮਨਾਗਿਰੀ ਦੇ ਬਾਬਾ ਰਸੈਨਗਿਰੀ ਜੀ ਚੇਲੇ ਸੀ ਠੀਕ ਹੈ ਜੀ ਉੱਥੇ ਹੁਣ ਟੋਭਾ ਲੋਕਾਂ ਨੇ ਪਾਣੇ ਉਹ ਪੁਰਾਣਾ ਮੰਦਿਰ ਉੱਥੇ ਕੰਧ ਖੜੀ ਹੈ ਹਜੇ ਪੁਰਾਣੇ ਠੀਕ ਹੈ ਜੀ ਸ਼ਨੀਦੇਵ ਦਾ ਮੰਦਿਰ ਸੀ ਠੀਕ ਹੈ ਜੀ ਤੇ ਇਹ ਬਹੁਤ ਪੁਰਾਣੀ ਧਰਤੀ ਹੈ ਪੁਰਾਣੇ ਇੱਥੇ ਗੁਰੂ ਸਾਹਿਬ ਵੀ ਦੋ ਪਾਤਸ਼ਾਹੀਆਂ ਆਈਆਂ ਮਤਲਬ ਇੱਥੇ ਭਲਾ ਹੁੰਦਾ ਹੀ ਹੁੰਦਾ ਗੁਰਦੁਆਰੇ 'ਚ ਵੀ ਬਹੁਤ ਹੋਇਆ ਠੀਕ ਹੈ ਜੀ ਇੱਥੇ ਵੀ ਹੁਣ ਇੱਥੇ ਦਾ ਕੋਈ ਤੋੜਿਆ ਨਹੀਂ ਖਾਜ ਜਿੰਨੀ ਮਰਜ਼ੀ ਪੁਰਾਣੀ ਹੈ ਇੱਥੇ ਠੀਕ ਹੋ ਕੇ ਗਏ ਜਾ ਠੀਕ ਹੈ ਜੀ ਆ ਜਿਹੜੀ ਆਪਣੀ ਐਲਰਜੀ ਦੀ ਬਿਮਾਰੀ ਆ ਐਲਰਜੀ ਦੀ ਬਿਮਾਰੀ ਇਹ ਪੰਜ ਐਤਵਾਰ ਇੱਥੇ ਆ ਜਾਓ ਬਸ ਰਹਿੰਦੀ ਨਹੀਂ ਜਿੰਨੀ ਮਰਜ਼ੀ ਪੁਰਾਣੇ ਭਾਵੇਂ 20 ਸਾਲ ਦੀ ਆ ਠੀਕ ਹੈ ਜੀ ਕਿਉਂ ਇੱਥੇ ਮਾਈਆਂ ਠੀਕ ਇੱਕ ਤਾਂ ਜਾਫਰ ਬਹੁਤ ਠੀਕ ਹੋਈ ਵੀ ਆਉਣ ਵਾਲੀ ਹੁਣ ਵੀ ਉਹ ਆਊਗੀ ਠੀਕ ਹੈ ਜੀ ਠੀਕ ਤੇ ਇੱਕ ਕੈਨੇਡਾ ਜੋ ਆਈ ਸੀ ਅਮਰੀਕਾ ਜੋ ਬਾਈ ਦਾ ਜ਼ੋਰ ਲੱਗਾ ਵੀ ਉਹ 13 ਦਿਨਾਂ 'ਚ ਠੀਕ ਕਰਕੇ ਭੇਜੇ ਸੀ ਠੀਕ ਹੈ ਜੀ ਉਹ ਇੱਥੇ ਲੰਗਰ ਲਾਉਣ ਆਉਂਦੀ ਆ ਆਪਣੇ ਸਾਹਿਬ ਜਾਂਦੇ ਨੇ ਲੰਗਰ ਤੇ ਆਊਗੀ ਠੀਕ ਹੈ ਜੀ ਉਹਨੂੰ ਵਰਦਾਨ ਕਰ ਦਿੱਤਾ ਬਾਬੇ ਨੇ ਤੇ ਬਾਬਾ ਜੀ ਐਡੀ ਵੱਡੀ ਬਿਲਡਿੰਗ ਆਪਾਂ ਤਿਆਰ ਕਰ ਰਹੇ ਹਾਂਗੇ ਠੀਕ ਹੈ ਨਾ ਇਹਦਾ ਮਤਲਬ ਕੀ ਆਪਣਾ ਜੋ ਇਹ ਬੇਟਾ ਜੋ ਸਰਦਾ ਬਾਹਰ ਭੇਜੇ ਮੈਂ ਮੁੰਡੇ ਬੱਚੇ ਬਹੁਤ ਗਏ ਹੋਏ ਆ ਉਹ ਭੇਜੀ ਜਾਂਦੇ ਆ ਸੰਗਤ ਦਾ ਲੱਗੀ ਜਾਂਦਾ ਹੈ ਫਿਰ ਮੈਂ ਜ਼ਮੀਨ ਵੀ ਲੈਣਾ ਠੇਕੇ ਤੇ ਉਹ ਵੀ ਇੱਥੇ ਲੱਗ ਜਾਂਦੀ ਹੈ ਠੀਕ ਹੈ ਮਤਲਬ ਇਹ ਤੁਹਾਨੂੰ ਪਤਾ ਹੀ ਆ ਕਰਨਾ ਪੈਂਦਾ ਹਾਂਜੀ ਹਾਂ ਵੀ ਹੁਣ ਘੱਟੋ ਘੱਟ ਕਰੋੜ ਰੁਪਏ ਮੈਨੂੰ ਲੱਗ ਜਾਓ ਪ੍ਰੋਜੈਕਟ ਤੇ ਠੀਕ ਹੈ ਜੀ ਪਰ ਸੰਤਾਂ ਨੇ ਕਹਿ ਰਿਹਾ ਅਸੀਂ ਮੰਨ ਲਿਆ ਨਾ ਠੀਕ ਹੈ ਜੀ ਹੁਣ ਕੋਈ ਪੈਸਾ ਨਹੀਂ ਇੱਥੇ ਬੈਂਕ 'ਚ ਨਹੀਂ ਹੈ ਮੇਰਾ ਪੈਸਾ ਕੋਈ ਠੀਕ ਬਸ ਆਈ ਜਾਂਦਾ ਲੱਗੀ ਜਾਂਦਾ ਠੀਕ ਹੈ ਜੀ ਠੀਕ ਹੈ ਦਿੰਦੀ ਸੰਗਤ ਹੀ ਹੈ ਤੁਸੀਂ ਇਸੇ ਪਿੰਡ ਦੇ ਜਨਪਲ ਹੋ ਜੀ ਹਾਂ ਹਾਂ ਠੀਕ ਹੈ ਜੀ ਮੇਰਾ ਜਨਮ ਹੈਗਾ ਬਠਿੰਡੇ ਦਾ ਠੀਕ ਹੈ ਜੀ ਸਾਡੀ ਭੂਮੀ ਜਿਹੜੀ ਪੁਰਾਣੀ ਬਜ਼ੁਰਗਾਂ ਦੀ ਠੀਕ ਹੈ ਇੱਥੋਂ ਦੀ ਹੈ ਠੀਕ ਹੈ ਜੀ ਜਿਹੜਾ ਸਾਡਾ ਦਾਦਾ ਹੁੰਦਾ ਸੀ ਇਹ ਸੰਤਾਂ ਦੇ ਸੇਵਾਦਾਰ ਹੁੰਦਾ ਸੀਗਾ ਬਾਬੇ ਜਮਨਾਗਿਰ ਦਾ ਪੁਰਾਣਾ ਠੀਕ ਹੈ ਜੀ ਚੌਧਰੀ ਹੁੰਦਾ ਸੀ ਠੀਕ ਹੈ ਜੀ ਬੁੱਟਾ ਸਿੰਘ ਚੌਧਰੀ ਇੱਕ ਰਣ ਸਿੰਘ ਸੀਗਾ ਤੇ ਉਹ ਬਾਈ ਪਿੰਡਾਂ ਦੇ ਚੌਧਰ ਹੁੰਦੀ ਉਹਨਾਂ ਕੋਲ ਪੁਰਾਣੀ ਸਾਡੀ ਸੰਸਥਾ ਬਹੁਤ ਤਗੜੀ ਫਿਰ ਤੁਸੀਂ ਇੱਥੇ ਕਦੋਂ ਤੋਂ ਸੇਵਾ ਨਿਭਾ ਰਹੇ ਹੋ ਜੀ ਹੁਣ 15 ਸਾਲ ਹੋ ਗਏ 15 ਸਾਲ ਜੀ ਹਾਂ 15ਵਾਂ ਇਤਕੀ ਲੱਗੇ ਠੀਕ ਹੈ ਜੀ ਇੱਥੇ ਕੁਝ ਨਹੀਂ ਸੀ ਜੰਗਲ ਸੀ ਜਦੋਂ ਮੈਂ ਬਿਲਕੁਲ ਜੰਗਲਾ ਇਕੱਲਾ ਬਣਿਆ ਹੋਇਆ ਸੀ ਠੀਕ ਹੈ ਜੀ ਇਹ ਸਾਰਾ ਲੰਗਰ ਹਾਲ ਸਭ ਹੱਥੀ ਬਣਿਆ ਮੇਰੇ ਠੀਕ ਹੈ ਜੀ ਬਣਾਇਆ ਸੰਗਤਾਂ ਨੇ ਚਲੋ ਦੇਈ ਗਈ ਆ ਆਪਾਂ ਲਾਈ ਗਏ ਬਸ ਨਾ ਠੀਕ ਹੈ ਜੀ ਬਹੁਤ ਵਧੀਆ ਤੇ ਹੋਰ ਕੁਝ ਬਾਬਾ ਜੀ ਉਰੇ ਆਪਣਾ ਇੱਥੇ ਬੇਟਾ ਕੋਈ ਵੀ ਮਰੀਜ਼ ਆ ਜਾਏ ਸਰਦਾ ਲੈ ਕੇ ਕੋਈ ਵੀ ਕੰਮ ਅੜਿਆ ਵਾ ਕਿਸੇ ਦਾ ਇੱਥੇ ਸਫਲ ਹੁੰਦਾ ਹੀ ਹੁੰਦਾ ਅੱਛਾ ਜੀ ਆ ਬਾਹਰਲੇ ਮੁੰਡੇ ਆ ਜਾਂਦੇ ਬਥੇਰੇ ਉਹ ਨੌਕਰੀਆਂ ਨਹੀਂ ਅੰਤ ਨਹੀਂ ਕੋਈ ਹਾਂਜੀ ਹਾਂ ਮੁਲਾਜ਼ਮ ਬਥੇਰੇ ਆਉਂਦੇ ਆ ਠੀਕ ਹੈ ਜੀ ਬਹੁਤ ਵਧੀਆ ਮਿਲ ਲੱਗਿਆ ਬਾਬਾ ਜੀ ਸੁਣ ਮਿਲ ਕੇ ਤੇ ਐਤਵਾਰ ਤੁਸੀਂ ਆ ਜੀ ਅੱਛਾ ਜੀ ਠੀਕ ਹੈ ਹੁਣ ਆਪਾਂ ਦਰਸ਼ਨ ਕਰਾਂਗੇ ਗੁੱਗਾ ਮਾੜੀ ਦੇ ਅੰਦਰੋਂ ਅਤੇ ਜਿੱਦਾਂ ਕਿ ਆਪਾਂ ਦੇਖ ਪਾ ਰਹੇ ਹਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਫੋਟੋ ਅਤੇ ਹੋਰ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਇੱਥੇ ਲੱਗੀਆਂ ਹੋਈਆਂ ਹਨ ਅਤੇ ਨਾਲ ਹੀ ਜੋ ਸਮਾਧ ਬਣੀ ਹੋਈ ਹੈ ਆਪਾਂ ਦੇਖ ਪਾ ਰਹੇ ਹਾਂਗੇ ਬਹੁਤ ਸੋਹਣੇ ਤਰੀਕੇ ਨਾਲ ਬਣੀਆਂ ਹੋਈਆਂ ਮੂਰਤੀਆਂ ਆਪਾਂ ਦੇਖ ਰਹੇ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਜੋ ਕਿ ਕੰਮਕਾਰ ਕੀਤਾ ਹੋਇਆ ਹੈ ਇਹ ਫੋਟੋਆਂ ਬਾਬਾ ਗੁਰਮੁਖ ਸਿੰਘ ਜੀ ਉਹਨਾਂ ਦੀਆਂ ਅਤੇ ਆਪਾਂ ਦੇਖ ਪਾ ਰਹੇ ਹਾਂ ਨਗਾਰੇ ਡੀ ਜੇ ਦਾ ਸਮਾਨ ਇਹਨਾਂ ਚੀਜ਼ਾਂ ਤੋਂ ਆਪਾਂ ਦੇਖ ਸਕਦੇ ਹਾਂ ਕਿ ਇੱਥੇ ਜੋ ਪ੍ਰੋਗਰਾਮ ਹੁੰਦੇ ਹਨ ਬਹੁਤ ਹੀ ਵੱਡੇ ਅਤੇ ਵਧੀਆ ਤਕੜੇ ਪ੍ਰੋਗਰਾਮ ਕੀਤੇ ਜਾਂਦੇ ਹਨ ਬਾਬਾ ਜੀ ਦੇ ਦੱਸਣ ਅਨੁਸਾਰ ਇੱਥੇ ਬਹੁਤ ਹੀ ਤਕੜੇ ਮੇਲੇ ਭਰੇ ਜਾਂਦੇ ਹਨ ਅਤੇ ਨਾਲ ਹੀ ਆਪਾਂ ਦੇਖ ਪਾ ਰਹੇ ਹਾਂ ਕਾਲੀ ਮਾਤਾ ਜੀ ਦੀ ਮੂਰਤੀ ਜੋ ਬਣੀ ਹੋਈ ਹੈ ਇੱਕ ਗੱਲ ਦੇਖੀ ਜਾ ਰਹੀ ਹੈ ਕਿ ਇੱਥੇ ਹਰੇਕ ਧਰਮ ਦਾ ਹਰੇਕ ਸਥਾਨ ਦੀ ਫੋਟੋ ਲੱਗੀ ਹੋਈ ਹੈ ਸੰਗਤਾਂ ਜੋ ਬਹਿੰਦੀਆਂ ਹਨ ਦਰਸ਼ਨ ਕਰਦੀਆਂ ਹਨ ਇੱਕ ਹੋਰ ਆਪਾਂ ਦੇਖ ਪਾ ਰਹੇ ਹਾਂ ਬਹੁਤ ਹੀ ਸੋਹਣੇ ਤਰੀਕੇ ਨਾਲ ਬਣੀ ਹੋਈ ਮੂਰਤੀ ਜੋ ਕਿ ਬਾਬਾ ਨਾਰ ਸਿੰਘ ਰਾਣਾ ਉਹਨਾਂ ਦੀ ਬਣੀ ਹੋਈ ਹੈ ਅਤੇ ਨਾਲ ਹੀ ਦੂਸਰੇ ਪਾਸੇ ਆਪਾਂ ਦੇਖ ਸਕਦੇ ਹਾਂ ਇੱਕ ਹੋਰ ਮੂਰਤੀ ਜੋ ਆਪਾਂ ਦੇਖ ਪਾ ਰਹੇ ਹਾਂ ਪੀਰ ਸਾਬਰ ਸਿੰਘ ਬੋਰੀ ਉਹਨਾਂ ਦੀ ਬਣੀ ਹੋਈ ਹੈ ਜਿੱਦਾਂ ਕਿ ਆਪਾਂ ਦੇਖ ਪਾ ਰਹੇ ਹਾਂ ਪਿੱਛੇ ਵੀਲਚੇਅਰ ਐਨਕਾਂ ਬੈਲਟਾਂ ਇਹਨਾਂ ਚੀਜ਼ਾਂ ਤੋਂ ਆਪਾਂ ਦੇਖ ਕੇ ਅੰਦਾਜ਼ਾ ਲਾ ਸਕਦੇ ਹਾਂ ਕਿ ਇੱਥੇ ਬਹੁਤ ਸਾਰੇ ਰੋਗਾਂ ਦਾ ਜੋ ਕਿ ਇਲਾਜ ਕੀਤਾ ਜਾਂਦਾ ਹੈ ਅਤੇ ਬਾਬਾ ਜੀ ਦੁਆਰਾ ਪੁੱਛਣ 'ਤੇ ਪਤਾ ਲੱਗਿਆ ਹੈ ਕਿ ਇੱਥੋਂ ਪੀ ਜੀ ਆਈ ਦੇ ਮਰੀਜ਼ ਤੱਕ ਠੀਕ ਜੋ ਕਿ ਉੱਠ ਕੇ ਆਪ ਬਹਿ ਕੇ ਰੋਟੀ ਖਾ ਕੇ ਗਏ ਨੇ ਪਿਛਲੇ ਪਾਸੇ ਜੋ ਮੰਦਰ ਦਾ ਕੰਮ ਚੱਲ ਰਿਹਾ ਹੈ ਬਹੁਤ ਹੀ ਸੋਹਣੇ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ
जो लाल पत्थर आप देख पा रहे हैं कंधा के उत्ते लाया जा रहा है। संगत बहुत ही श्रद्धा के नाल इत्थे सेवा कर रही है। इत्थे जो आप देख पा रहे हैं शैड दे विच लंगर तैयार किया जाता है। इत्थे 24 घंटे जो लंगर की सेवा चलती रहती है, संगत आंदियां रहिंदियां हन ते लंगर की सेवा चलती रहती है। बाबा जी नाल गलबात करके बहुत वधिया लग्या ते उम्मीद करदे हां सानू भी बहुत वधिया लगे। ते जे जानकारी वधिया लगी तां अगे शेयर करियो ते उम्मीद करदे हां तुहानू साडा ब्लॉग वधिया लग्या। वधिया लग्या तां अगे लाइक शेयर कमेंट करके जरूर दस्सियो। ते जेकर तुसीं चाहुंदे हो कि कोई होर वीडियो कोई होर ब्लॉग जो बनाया जाए जरूरी है, सानू कॉन्टैक्ट कर सकते हो। साडा नंबर थले दिता हुआ है, सानू मैसेज कॉल कुछ भी कर सकते हो। कमेंट करके जरूर दस्सियो।